ਅੱਜ ਦਾ ਟੌਪਿਕ ਹੈ ਮਾਰਕੀਟਿੰਗ। ਦੋਸਤੋ, ਇਸ ਚੱਕਰ ਦੇ ਵਿੱਚ ਇੰਨੇ ਕੁ ਫੋਨ ਕਾਲਸ ਆਉਂਦੀਆਂ ਨਾ, ਇੰਨੇ ਤੰਗ ਆ ਜਾਈਦਾ। ਸਵੇਰੇ ਉੱਠੋ, ਲੋਨ ਲੈਣਾ ਜੀ, ਕ੍ਰੈਡਿਟ ਕਾਰਡ ਲੈਣਾ ਜੀ, ਇੰਸ਼ੋਰੈਂਸ ਕਰਾ ਲਓ ਜੀ। ਅਤੇ ਆਓ ਦੇਖਦੇ ਹਾਂ ਪਹਿਲਾਂ ਇੱਕ ਛੋਟਾ ਜਿਹਾ ਕਲਿੱਪ ਕਿ ਲੋਕ ਕਿੱਦਾਂ ਤੰਗ ਕਰਦੇ ਨੇ। ਹੈਲੋ, ਉਹ ਯਾਰ ਮੈਂ ਬੜਾ ਤੰਗ ਹੈਗਾ। ਇੱਕ ਬੰਦੇ ਦਾ ਰੋਜ਼ ਫੋਨ ਆ ਜਾਂਦਾ ਕਿ ਤੁਹਾਡੇ ਨਾਲ ਚਾਹ ਪੀਣੀ ਹੈ। ਉਹ ਚਾਹ ਪੀਣ ਦਾ ਮਤਲਬ ਵੀ ਇਹ ਕਿ ਉਹਨਾਂ ਨੇ ਜਾਂ ਕੋਈ ਮੈਂਬਰ ਬਣਾਉਣਾ ਸਾਨੂੰ। ਉਹ ਅੱਛਾ ਅੱਛਾ, ਪਹਿਲਾਂ ਸਾਰੇ 2 ਮੈਂਬਰ ਬਣਾਓ, ਫਿਰ 4, ਅੱਗੇ 16, ਫਿਰ 32, ਫਿਰ 64, ਕਰੋੜਾਂ ਰੁਪਏ ਕਮਾਓ। ਬੁਲਾ ਲੈ ਯਾਰ, ਪੈਸਿਆਂ ਦੀ ਲੋੜ ਹੈਗੀ, ਪਤਾ ਕੋਈ ਨਹੀਂ ਹੁੰਦਾ। ਆ ਜਾਓ, ਲੰਘੇ ਹੋ, ਆ ਜਾਓ ਸਰ, ਆ ਜਾਓ ਆ ਜਾਓ। ਅੱਜ ਕੈਸਾ ਦਿਨ ਚੜਿਆ ਤੇ ਦੇਖੋ ਤੁਸੀਂ ਕਿੱਥੋਂ ਤੱਕ ਕਿੱਥੇ ਪਹੁੰਚ ਜਾਣਾ, ਕਿੱਥੇ ਜੋਗਾ ਨਹੀਂ ਰਹਿਣਾ ਆਪਾਂ। ਵਿਆਹ ਤੋਂ ਬਾਅਦ ਜ਼ਿੰਦਗੀ ਬਦਲ ਜਾਣੀ। ਹਾਂ, ਚੇਂਜ ਦਿਖਾਓ। ਆਹ ਸਮਝਣਾ ਤੁਸੀਂ, 5 ਮਿੰਟ ਜ਼ਿੰਦਗੀ ਦੇ ਸਿਰ ਤੁਹਾਡੇ। ਸਾਡੀ ਕੰਪਨੀ ਦਾ ਨਾਮ ਹੈਗਾ ਯਕਮੁਕੀ। ਕੀ? ਯਕਮੁਕੀ, ਜਿਵੇਂ ਇੱਥੇ ਤੁਸੀਂ। ਠੀਕ ਹੈ, ਠੀਕ ਹੈ ਜੀ। ਤੁਹਾਡੇ ਅੰਡਰ ਬਾਕੀ ਕੰਪਨੀਆਂ ਕਹਿਣਗੀਆਂ 2 ਜਣੇ ਲਾਉਣੇ, ਇਹ 14 ਨਹੀਂ ਹੈਗਾ, ਇਹ 'ਚ 3 ਲਾਉਣੇ ਪੈਣੇ। ਇੱਥੇ ਚੇਂਜ ਹੈ ਸਰ, ਇੱਥੇ ਚੇਂਜ ਹੈ। ਉਹ ਵੀ ਨਵਾਂ ਮਾਡਲ ਤੁਹਾਨੂੰ ਦੱਸਿਆ ਤਾਂ ਹੈਗਾ। ਤਿੰਨ ਮੈਂਬਰ ਥੱਲੇ ਬਣਾਉਣੇ ਆ। ਅੱਛਾ, ਬਸ ਉੱਦਾਂ ਪੈਸੇ ਉੱਦਾਂ ਜ਼ਿਆਦਾ ਵੱਜਦੇ ਨਾ ਫਿਰ। ਅਰੋੜਾ ਸਾਹਿਬ, ਇਹਨਾਂ ਨੂੰ ਸਕੀਮ ਵੀ ਦੱਸੋ ਨਾ। ਹਾਂ, ਬਾਕੀਆਂ ਦੇ ਵੈਸੇ ਕੀ ਹੁੰਦਾ ਹੈ ਕਿ 10-10 ਸਕੀਮਾਂ ਲਾਓ, 10-10 ਲਾਈਨਾਂ ਲਾਓ, ਉਹ ਤੋਂ ਬਾਅਦ ਤੁਹਾਨੂੰ ਗੱਡੀ ਮਿਲਦੀ ਹੈ। ਨਾ ਨਾ ਨਾ, ਇਹ 14 ਨਹੀਂ ਹੈਗਾ। ਇਹਦੇ 'ਚ ਜਦੋਂ ਆ 4-4 ਲੱਗ ਗਏ ਨਾ, ਇਹ ਤੋਂ ਬਾਅਦ ਸਿਰਫ 5-5 ਲੱਗਣੇ ਆ, ਉਹ ਤੋਂ ਬਾਅਦ ਤੁਹਾਡੀ ਕਾਰ। ਸੈਕਿੰਡ ਸਟੈਪ 'ਤੇ ਹੋ ਗਈ ਕਾਰ ਜੀ। ਕਾਰ? 5-5 ਮੈਂਬਰ ਆਪਾਂ ਬਣਾਉਣੇ ਕਿ ਹੋਣਾ ਸਾਡੇ ਥੱਲੇ ਵਾਲਿਆਂ ਬਣਾਉਣੇ? ਤੁਸੀਂ ਥੱਲੇ 3-3 ਬਣਾਏ ਨਾ, 3-3 ਬਣਾ ਲਏ, ਥੱਲੇ 4-4 ਬਣ ਗਏ, ਉਸ ਤੋਂ ਬਾਅਦ ਥੱਲੇ 5-5। ਉਹ ਇੱਕ ਚੇਨ ਹੀ ਹੁੰਦੀ ਹੈ ਤੇ ਕਾਰ ਸਮਝ ਲਓ ਬਾਹਰ ਖੜੀ। ਨਹੀਂ ਨਹੀਂ, ਕਾਰ ਤੋਂ ਬਾਅਦ ਫਿਰ ਕੀ ਮਿਲਣਾ? ਕਾਰ ਤੋਂ ਬਾਅਦ ਐਸੀ ਚੀਜ਼ ਤੁਸੀਂ ਬਸ ਹਵਾਵਾਂ 'ਚ ਹੀ। ਵੱਧ ਤੋਂ ਵੱਧ ਆਪਾਂ ਕਿੱਥੇ ਪਹੁੰਚੇ? ਵੱਧ ਤੋਂ ਵੱਧ, ਕਿਉਂਕਿ ਸਾਡੇ 15 ਰਿਸ਼ਤੇਦਾਰ ਆ, ਕਾਰ ਤੇ ਆਪਾਂ ਲਈ ਸਮਝੋ ਨਾ, ਅੱਗੋ ਅੱਗੋ ਬਣਾ ਦੇਣੇ ਮੈਂਬਰ। ਤੁਸੀਂ ਸੋਚੋ ਕੀ ਕੀ ਚਾਹੁੰਦੇ, ਕੀ ਹੋ ਜ਼ਿੰਦਗੀ ਚਾਹੁੰਦੇ ਤੁਸੀਂ? ਜ਼ਿੰਦਗੀ 'ਚ ਆਪਾਂ ਚਾਹੁੰਦੇ ਹਾਂ ਸਕੂਨ। ਸਕੂਨ ਤਾਂ ਨਹੀਂ ਮਿਲਣਾ ਭਾਜੀ। ਭਾਜੀ, ਐਸ਼ ਪ੍ਰਸਤੀ ਵਾਲੀਆਂ ਚੀਜ਼ਾਂ 'ਚ ਸਭ ਤੋਂ ਉਤਲੀ ਚੀਜ਼ ਜਿਹੜੀ ਹੈਗੀ ਹੈ, ਉਹ ਹੈਗੀ ਤੁਹਾਡੇ ਛੱਤ 'ਤੇ ਖੜਾ ਹੈਲੀਕਾਪਟਰ। ਆਪਣਾ ਹੈਲੀਕਾਪਟਰ? ਹੈਲੀਕਾਪਟਰ ਆਪਾਂ ਲੈ ਲਾਂਗੇ ਹੈਲੀਕਾਪਟਰ। ਮੈਂ ਕਿਹਾ ਜੀ, ਕੰਪਨੀ ਦੇ ਕੇ ਜਾਏਗੀ, ਤੁਹਾਡੀ ਛੱਤ 'ਤੇ ਛੱਡ ਕੇ ਜਾਏਗੀ। ਮੇਰੀ ਜ਼ਿੰਦਗੀ ਦੀ ਇੱਛਾ ਸੀ ਇੱਦਾਂ ਦੀ ਚੀਜ਼ ਲੈਣੀ ਜਿਹੜਾ ਸਾਡਾ ਰਿਸ਼ਤੇਦਾਰ ਕਦੀ ਕੋਈ ਲੈ ਹੀ ਨਾ ਸਕੇ, ਨਾ ਯਾਰ ਦੋਸਤ ਲੈ ਸਕੇ। ਉਹੀ ਹੈ, ਪੂਰੀ ਕਰ ਦਿੱਤੀ ਲੈ। ਆਹ ਦਿਨ, ਅੱਜ ਦਾ ਦਿਨ ਯਾਦ ਰੱਖਿਓ। ਛੱਡੋ, ਆਪਾਂ ਸਾਰੀਆਂ ਗੱਲਾਂ ਛੱਡੋ, ਆਪਾਂ ਕੀ ਪੇ ਕੀ ਕਰਨਾ। ਅਤੇ ਤੁਸੀਂ ਸਿਰਫ ਅਤੇ ਸਿਰਫ ਇੱਕ ਹੈਲੀਕਾਪਟਰ ਦੀ ਕੀਮਤ ਲਾ ਲਓ 5,850 ਰੁਪਏ। 5,850 'ਚ ਸਾਡੇ ਥੱਲੇ ਹੈਲੀਕਾਪਟਰ। ਤੁਸੀਂ ਤਿਆਰੀ ਕਰੋ, ਛਾਤੇ ਹੈਲੀਪੈਡ ਬਣਵਾ ਲਓ। ਭਾਈ ਚਾਹ, ਚੈੱਕ ਬੁੱਕ ਵੀ ਇੱਥੇ ਪਈ ਹੋਈ ਹੈ। ਇਹਦਾ ਕਰੋ, 2 ਚੈੱਕ ਕੱਟੋ। ਪਤਾ ਝਗੜਾ ਹੋ ਗਿਆ ਕੱਲ ਨੂੰ, ਹੈਲੀਕਾਪਟਰ ਲੈ ਕੇ ਤੁਰ ਪਏ ਗੇੜੀ ਲਾਉਣ, ਤੇ ਮੈਂ ਘਰ ਬੈਠਾ ਵਾਂ। 2 ਕੱਟ ਦਿੱਤੇ ਆ, ਇੱਕ ਮੇਰੇ ਵਾਲਾ ਨਾ, ਚੌਥਾ ਨੰਬਰ ਮੇਰੇ ਵਾਲਾ। ਇਹ ਕਿੱਟ ਆ ਜੇ, ਇੱਕ ਲੈ ਕੇ ਆਇਆ ਨਾਲ, ਕਿੱਟ ਥੋੜੀ ਉਹ ਨਾ ਸੇਫ ਚੋਂ ਕਢਾਣੀ ਪੈਂਦੀ। ਅੱਛਾ, ਜਿਹਨੂੰ ਮੈਂਬਰ ਬਣਾਉਣਾ ਅੱਗੋਂ ਕਿੱਟ ਦੇਣੀ ਉਹਨੂੰ? ਕੋਈ ਨਹੀਂ, ਆਪਾਂ ਬਾਹਰੋਂ ਤੁਹਾਡੀ ਗੱਡੀ 'ਚੋਂ ਫੜ ਲਓ। ਇੱਦਾਂ ਦੀਆਂ ਕਾਪੀਆਂ ਤੁਹਾਨੂੰ ਹੋਰ ਬੜੀਆਂ ਆ ਜਾਣੀਆਂ, ਤੁਸੀਂ ਤਾਂ ਇਹ ਹੈਲੀਕਾਪਟਰ ਦੀ ਤਿਆਰੀ ਕਰੋ। ਮੁਬਾਰਕਾਂ, ਆਹ ਦਿਨ ਤੁਸੀਂ ਯਾਦ ਰੱਖਣਾ ਇਹਦਾ। ਹੈਲੀਕਾਪਟਰ ਸਾਡਾ ਬਣ ਜਾਏਗਾ। ਬਿਲਕੁਲ ਬਿਲਕੁਲ ਬਣਿਆ, ਇਹ ਸਮਝੋ ਬਣ ਕੇ ਜਾਣਾ। ਇੱਧਰ ਜਾ, ਮੈਂ ਛੱਡ ਕੇ ਆਇਆ। ਜਾ ਜਾ, ਓਕੇ 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 ਜੀ ਓਕੇ। ਮੁੜ ਕੇ ਆਪਾਂ ਨੂੰ ਕਿੱਥੋਂ ਲੱਭਾਂਗੇ, ਕਿੱਟ ਹੋਰ ਫਾੜੀ ਲਈ।
ਲਓ ਜੀ ਸਰ, ਮੁਬਾਰਕਾਂ, ਦੋ ਚੈੱਕ ਹੋਰ ਆ ਗਏ। ਆ ਬਸ ਮਿਹਨਤ ਕਰੀ ਚੱਲੋ। ਉਹ ਸਾਡਾ ਹੈਲੀਕਾਪਟਰ ਕਿੱਥੋਂ ਬਣਨਾ? ਉਹ ਤੁਹਾਡੇ ਕੋਲ ਤਾਂ ਸਕੂਟਰ ਵੀ ਹੈ। ਜੇ ਤੇਰੀ ਉਂਗਲੀ ਤੇ ਗੁੱਤ ਨੱਚਦੀ, ਸਾਡੇ ਪੇਚਾਂ ਉੱਤੇ ਬਾਜ ਗੋਰੀਏ, ਨੀ ਜਦੋਂ ਬਾਠਾਂ ਵਾਲਾ ਬਾਠ ਆਖਦੀ, ਸਾਡਾ ਛੁੱਟ ਜੇਰੇ ਆਜ ਗੋਰੀਏ, ਨੀ ਸੂਈ ਆਸ਼ਕੀ ਦੀ ਲਾਲ ਟੱਕਦਾ, ਫਿਰ ਤੇਰੇ ਪਿੱਛੇ ਚਾੜੀ ਗੱਭਰੂ, ਨੀ ਇੱਕ ਬੱਲੀਏ ਜਨੂਨ ਪਿਆਰ ਦਾ, ਦੂਜੀ ਕਰੇ ਸਰਦਾਰੀ ਗੱਭਰੂ, ਨੀ ਇੱਕ ਬੱਲੀਏ ਜਨੂਨ ਪਿਆਰ ਦਾ, ਦੂਜੀ ਕਰੇ ਸਰਦਾਰੀ ਗੱਭਰੂ। ਖਿਲਾਫ ਬੋਲਦਾ ਜੈ ਜੜਾਉਂਦਾ ਏ ਕਰਾਰੀ ਗੱਭਰੂ, ਨੀ ਇੱਕ ਬੱਲੀਏ ਜਨੂਨ ਪਿਆਰ ਦਾ, ਦੂਜੀ ਕਰੇ ਸਰਦਾਰੀ ਗੱਭਰੂ, ਨੀ ਇੱਕ ਬੱਲੀਏ ਜਨੂਨ ਪਿਆਰ ਦਾ, ਦੂਜੀ ਕਰੇ ਸਰਦਾਰੀ ਗੱਭਰੂ। ਜੋੜੀ ਝਾਂਜਰਾਂ ਦੀ ਪਾਲਦੀ ਫਿਰੇ, ਉੱਚਾ ਅੱਡੀ ਤੋਂ ਪਲਾਜ਼ੋ ਰੱਖਦੀ, ਨੀ ਜੋੜੀ ਝਾਂਜਰਾਂ ਦੀ ਪਾਲਦੀ ਫਿਰੇ, ਖੰਨਾ ਸ਼ਹਿਰ ਦੇਖੂ ਖੜ ਖੜ ਕੇ, ਮੜੂ ਸੋਨੇ ਵਿੱਚ ਸਾਰੀ ਗੱਭਰੂ, ਨੀ ਇੱਕ ਬੱਲੀਏ ਜਨੂਨ ਪਿਆਰ ਦਾ, ਦੂਜੀ ਕਰੇ ਸਰਦਾਰੀ ਗੱਭਰੂ, ਨੀ ਇੱਕ ਬੱਲੀਏ ਜਨੂਨ ਪਿਆਰ ਦਾ, ਦੂਜੀ ਕਰੇ ਸਰਦਾਰੀ ਗੱਭਰੂ। ਮੈਂ ਤੰਗ ਆ ਗਿਆ ਸੀ, ਮੈਨੂੰ ਹਰ ਰੋਜ਼ ਫੋਨ ਆ ਜਾਂਦਾ ਸੀ, ਤੁਹਾਨੂੰ ਲੋਨ ਦੇਣਾ, ਤੁਹਾਨੂੰ ਲੋਨ ਦੇਣਾ, ਤੁਹਾਨੂੰ ਲੋਨ ਦੇਣਾ। ਸਾਡੇ ਬੈਂਕ ਨੇ ਤੁਹਾਡਾ ਨਾਮ ਸਿਲੈਕਟ ਕੀਤਾ। ਇੱਕ ਦਿਨ ਮੈਨੂੰ ਇੰਨੀ ਖੁੰਦਕ ਆਈ, ਮੈਂ ਕਿਹਾ ਠੀਕ ਹੈ ਲੋਨ ਲੈ ਲੈਂਦੇ ਹਾਂ ਜੀ। ਮੈਂ ਕਿਹਾ ਜੀ ਮੈਨੂੰ ਲੋਨ ਚਾਹੀਦਾ। ਹਾਂਜੀ, ਕਿਸ ਚੀਜ਼ ਦਾ ਚਾਹੀਦਾ? ਮੈਂ ਕਿਹਾ ਟ੍ਰੇਨ ਲੈਣੀ ਹੈ। ਫਿਰ ਟ੍ਰੇਨ ਇੱਡਾ ਵੱਡਾ ਆਪਾਂ ਲੋਨ ਦਿੰਦੇ ਨਹੀਂ। ਮੈਂ ਕਿਹਾ ਫਿਰ ਤੰਗ ਕਿਉਂ ਕਰਦੇ ਹੋ? ਮੈਂ ਛੋਟਾ ਲੋਨ ਦੇ ਦਿਉ, ਟ੍ਰੇਨ ਦੇਣਾ, ਤਿੰਨ ਕੁ ਡੱਬੇ ਦੇ ਦਿਉ, ਬਾਕੀ ਮੈਂ ਆਪਣੇ ਕੋਲੋਂ ਪਾ ਲਾਂਗਾ। ਨਹੀਂ ਸਰ, ਤੁਸੀਂ ਕਿਉਂ ਮਜ਼ਾਕ ਕਰ ਰਹੇ? ਮੈਂ ਮਜ਼ਾਕ ਨਹੀਂ ਕਰ ਰਿਹਾ, ਤੁਸੀਂ ਲੋਨ ਦੇ ਰਹੇ ਹੋ, ਮੈਂ ਟ੍ਰੇਨ ਖੜ੍ਹੀ ਕਿੱਥੇ ਕਰੋਗੇ? ਮੈਂ ਕਿਹਾ ਤੁਸੀਂ ਇਸ ਗੱਲ ਤੋਂ ਕੀ ਲੈਣਾ? ਮੈਨੂੰ ਟ੍ਰੇਨ ਦਾ ਲੋਨ ਚਾਹੀਦਾ। ਤੁਸੀਂ ਉਹਨੂੰ ਮੋਰਗੇਜ ਕਰ ਲਓ, ਟ੍ਰੇਨ ਨੂੰ ਤੁਸੀਂ ਆਪਣੇ ਨਾਮ 'ਤੇ ਰੱਖੋ, ਆਰਸੀ ਤੁਸੀਂ ਆਪਣੇ ਨਾਮ 'ਤੇ, ਮੈਨੂੰ ਲੋਨ ਕਰ ਦਿਉ। ਮੈਂ ਟ੍ਰੇਨ ਨੂੰ ਜਿੱਥੇ ਮਰਜ਼ੀ ਚਲਾਵਾਂ, ਭਾਵੇਂ ਬਾਥਰੂਮ 'ਚ ਰੱਖਾਂ। ਬਸ ਜੀ, ਉਸ ਤੋਂ ਬਾਅਦ ਫਿਰ ਫੋਨ ਨਹੀਂ ਆਇਆ। ਆ ਜਾਓ ਜੀ, ਅੰਦਰ ਹੀ ਆ ਜਾਓ। ਹਾਂਜੀ ਸਰ। ਓਏ ਹੋਏ, ਦਿਖਾਓ ਦਿਖਾਓ, ਕੀ ਵੇਚਣਾ? ਦਿਖਾਓ। ਡਿਪਟੀ ਨਯਾਬ ਲੈ ਕੇ ਆਇਆ ਜੀ ਤੁਹਾਡੇ ਲਈ ਨਯਾਬ ਚੀਜ਼ਾਂ। ਦਿਖਾਓ ਦਿਖਾਓ। ਭਾਜੀ ਤੁਸੀਂ ਕਦਰਦਾਨ ਹੋ, ਇਸ ਕਰਕੇ ਲੈ ਕੇ ਆਈ ਦੀਆਂ ਤੁਹਾਡੇ ਲਈ ਐਸੀਆਂ ਚੀਜ਼ਾਂ ਕਿ ਰੂਹ ਖੁਸ਼ ਹੋ ਜਾਏਗੀ। ਲਓ ਭਾਜੀ, ਆਹ ਪੀਸ ਦੇਖੋ ਭਾਜੀ, ਇਹ ਦੇਖੋ, ਟੱਚ ਕਰੋ। ਇਹਦੀ ਖੋਪੜੀ ਵਿੱਚ ਇਨਸਾਨਾਂ ਵਾਂਗੂ ਬਿਲਕੁਲ ਉਹੀ ਸਿਸਟਮ ਹੈ ਜੀ। ਖੋਪੜੀ ਤੋੜ ਕੇ ਦੇਖੋ, ਜਿੱਦਾਂ ਇਨਸਾਨ ਦਾ ਦਿਮਾਗ ਹੁੰਦਾ ਨਾ, ਉਸੇ ਤਰ੍ਹਾਂ ਇਹਦੇ ਵਿੱਚ। ਕਿਆ ਬਾਤ ਹੈ, ਕਿਆ ਬਾਤ ਹੈ। ਹੈ ਕਿੰਨੇ ਦਾ ਵੈਸੇ? ਕੁਛ ਵੀ ਨਹੀਂ, ਤੁਹਾਡੇ ਲਈ ਸਿਰਫ 1.5 ਲੱਖ ਰੁਪਈਆ। ਫੜੀ ਫੜੀ ਫੜੀ, ਡਿੱਗ ਨਾ ਜਾਏ, ਟੁੱਟ ਨਾ ਜਾਏ ਯਾਰ, 1.5 ਲੱਖ ਦਾ ਇੰਨਾ ਕੁ ਬਸ? ਤੁਸੀਂ ਕਦਰਦਾਨ ਬੰਦੇ ਹੋ ਜੀ, ਇਸੇ ਕਰਕੇ ਮੈਂ ਤੁਹਾਡੇ ਕੋਲ ਲੈ ਕੇ ਆਉਣਾ। ਹੋਰ ਬੜੀਆਂ ਚੀਜ਼ਾਂ ਨੇ, ਸਾਈਜ਼ ਥੋੜ੍ਹਾ ਵੱਡਾ ਦਿਖਾਵਾਂ? ਸਾਈਜ਼ ਥੋੜ੍ਹਾ ਵੱਡਾ ਹੋਵੇ ਤਾਂ ਹੀ ਬੰਦਾ ਪੈਸੇ ਖਰਚਦਾ ਨਾ। ਤੇ ਆਹ ਲਓ, ਉਹਨੂੰ ਦਿਖਾਓ ਭਰਾ, ਮੇਰੇ ਕੋਲ ਟੁੱਟ ਜਾਣਾ। ਇਹਦੇ ਵਿੱਚ ਜਿਹੜੀ ਲਾਈਟ ਹੈ ਨਾ ਸਰ, ਸਤਰੰਗੀ ਉੱਤੇ ਜਿਹੜੀ ਸਤਰੰਗੀ ਪੀਂਗ ਬਣਦੀ ਹੈ ਨਾ, ਇਹਦੇ ਉਹ ਸੇਮ ਰੰਗ ਛੱਡਦੀ ਹੈ। ਇਹ ਕਿੰਨੇ ਦਾ?
ਕੁਛ ਵੀ ਨਹੀਂ। 2 ਲੱਖ ਰੁਪਈਆ ਹੈ? 2 ਲੱਖ? 2 ਲੱਖ ਰੁਪਈਆ? ਚਾਹ ਪੀਓਗੇ? ਚਾਹ ਫ੍ਰੀ ਫ੍ਰੀ, ਕੋਈ ਪੈਸਾ ਨਹੀਂ ਲਵਾਂਗੇ। ਆ ਦੇਖੋ ਤਾਂ ਸਹੀ, ਲਾਈਟ ਸਾਰੇ ਦੀ ਪੂਰੇ 7 ਰੰਗ ਬਦਲਦੀ ਲਾਈਟ ਇਹਦੀ, ਨਯਾਬ ਚੀਜ਼ਾਂ ਨਹੀਂ ਸਾਡੇ ਕੋਲ। ਓਕੇ ਓਕੇ, ਤਾਂ ਹੀ ਤੁਹਾਡੇ ਕੋਲ ਆਇਆ। ਇੱਦਾਂ ਹੈ ਕਿ ਆਪਾਂ ਕੋਈ ਲੋਨ ਅਪਲਾਈ ਕਰਨਾ, ਫਿਰ ਤੁਹਾਨੂੰ ਅਸੀਂ ਫੋਨ ਕਰ ਦਾਂਗੇ ਜੇ ਸਾਨੂੰ ਲੋੜ ਪਈ ਤਾਂ, ਠੀਕ ਹੈ ਨਾ? ਕੀ ਗੱਲ ਕੀ ਹੋ ਗਈ ਸਰ? ਭਰਾਵਾ, ਐਡੀ ਕੋਈ ਚੀਜ਼ ਤੂੰ 2 ਲੱਖ ਦੇ ਦੇਣ ਡਿਆ, ਆਪਾਂ ਪਾਗਲ ਹੈਗੇ ਜਿਹੜੀ ਲੈ ਲਾਂਗੇ? ਯਾਰ ਤੂੰ ਸਾਨੂੰ ਘਰ ਆ ਕੇ ਲੁੱਟਣ ਡਿਆ ਹੈ। ਅੱਛਾ ਅੱਛਾ, ਜਾਣੀ ਕਿ ਸਾਈਜ਼ ਦਾ ਚੱਕਰ ਪੈ ਗਿਆ ਜੀ, ਸਾਈਜ਼ ਵੱਡਾ ਤੇ ਫਿਰ ਪੈਸੇ ਖਰਚੋਗੇ। ਹਾਂਜੀ ਹਾਂਜੀ, ਹਾਂ ਹਾਂ, ਆ ਲੋ ਫੜੋ, ਕੱਢੋ 2.5 ਲੱਖ ਤੇ ਮੈਂ ਜਾਵਾਂ। ਮਹਿੰਗੇ ਪਾਉਣੇ ਬ੍ਰੈਂਡ ਬੜੀ ਅੱਤ ਜੀ ਕਰਾਉਣੇ ਐਵੇਂ ਗੱਲੀ ਬਾਤੀ ਮੁੰਡੇ ਆ ਗਰਾਰੀ ਤੂੰ ਫਸਾਉਂਦੇ ਹੈ। ਆ ਬੱਟੂ ਆਏ ਫੁੱਲ ਖੋਲ ਖੋਲ ਕੇ ਦਿਖਾਉਣੇ ਮੇਰੇ ਅੱਗੇ ਪਿੱਛੇ ਅੱਗੇ ਪਿੱਛੇ ਗੇੜੀਆਂ ਤੂੰ ਲਾਉਣੇ ਹੈ। ਵੇ ਰੋਬ ਜਿਹਾ ਨਾ ਮਾਰੀ ਜੱਟੀ ਨਹੀਂਓ ਚੱਲਦੀ, ਆ ਰੋਬ ਜਿਹਾ ਨਾ ਮਾਰੀ ਜੱਟੀ ਨਹੀਂਓ ਚੱਲਦੀ, ਬਿਨਾਂ ਗੱਲ ਤੋਂ ਨੀ ਦਿਲ ਚ ਭੁਲੇਖੇ ਪਾਲੀ ਦੇ। ਤੇਰੇ ਕਿੱਲਿਆਂ ਦੇ ਕਿੱਲੇ ਸਾਰੇ ਵਿਕ ਜਾਣਗੇ, ਮਹਿੰਗੇ ਨਖਰੇ ਮੇ ਸੁਭਾਅ ਵਾਲੀ ਦੇ। ਦੋਸਤੋ, ਹੁਣ ਤਾਂ ਕੰਪਨੀਆਂ ਨੇ ਅਲੱਗ ਅਲੱਗ ਤਰੀਕੇ ਲੱਭ ਲਏ ਤੁਹਾਨੂੰ ਫਸਾਉਣ ਦੇ। ਮੈਨੂੰ ਫੋਨ ਆਇਆ ਇੱਕ ਲੇਡੀ ਦਾ, ਹੈਲੋ ਤੁਹਾਡੇ ਕੋਲ ਟਾਈਮ ਹੈ? ਮੈਂ ਕਿਹਾ ਹਾਂਜੀ ਹਾਂਜੀ ਹੈ ਜੀ, ਕਿਉਂ ਨਹੀਂ? ਤੁਸੀਂ ਇਕੱਲੇ ਹੀ ਹੋ ਨਾ? ਮੈਂ ਕਿਹਾ ਹਾਂਜੀ ਇਕੱਲੇ। ਕੋਈ ਕੋਲ ਹੈ ਤਾਂ ਨਹੀਂ? ਮੈਂ ਕਿਹਾ ਨਹੀਂ ਮੈਡਮ ਕੋਲ ਕੋਈ ਨਹੀਂ ਹੈ। ਤੁਸੀਂ ਦੱਸੋ ਦੱਸੋ ਕੀ ਕਹਿਣਾ ਕੀ ਹੈ? ਪੱਕੀ ਗੱਲ ਹੈ ਨਾ ਤੁਹਾਡੇ ਕੋਲ ਕੋਈ ਨਹੀਂ ਗਾ? ਮੈਂ ਕਿਹਾ ਪਤਾ ਨਹੀਂ ਇਹਨੇ ਕੀ ਗੱਲ ਕਰਨੀ ਹੈ। ਮੈਂ ਕਿਹਾ ਦੱਸੋ ਮੈਡਮ, ਮੈਂ ਇਕੱਲਾ ਹੀ ਹਾਂ, ਦੱਸੋ ਤੁਸੀਂ ਕੰਮ ਦੱਸੋ, ਕੰਮ ਕੀ ਹੈ? ਇੱਦਾਂ ਕਰੋ ਫਿਰ ਮੇਰੇ ਬੌਸ ਨਾਲ ਗੱਲ ਕਰੋ, ਇਹਨਾਂ ਨੇ ਤੁਹਾਡੀ ਇੰਸ਼ੋਰੈਂਸ ਬਾਰੇ ਗੱਲ ਕਰਨੀ ਹੈ। ਨਮਸਕਾਰ ਜੀ, ਮੈਂ ਇੱਕ ਵਾਰ ਫਿਰ ਸ਼੍ਰੀ ਡਿਪਟੀ ਰਾਜਾ, ਅਤੇ ਜਿਵੇਂ ਅੱਜ ਗੱਲਬਾਤ ਚੱਲ ਰਹੀ ਆ ਸੇਲਸਮੈਨਾਂ ਦੀ, ਕਿਸੇ ਨੂੰ ਚੀਜ਼ ਵੇਚਣੀ ਜਾਂ ਕਹਿ ਲਓ ਕਿ ਧੱਕੇ ਨਾਲ ਚੀਜ਼ ਵੇਚਣੀ, ਧੱਕੇ ਨਾਲ ਚੀਜ਼ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਕਈ ਵਾਰੀ ਚੀਜ਼ਾਂ ਵੇਚਣ ਵਾਲੇ ਚੀਜ਼ਾਂ ਤੁਹਾਨੂੰ ਇਹੋ ਜਿਹੀਆਂ ਵੇਚ ਜਾਂਦੇ ਨੇ ਜਿਹਦਾ ਕੋਈ ਮਤਲਬ ਨਹੀਂ ਹੁੰਦਾ, ਜਾਣੀ ਕਿ ਧੱਕੇ ਨਾਲ ਵੇਚ ਜਾਂਦੇ ਨੇ ਅਜੀਬੋ ਗਰੀਬ ਚੀਜ਼ਾਂ। ਇੱਕ ਦਿਨ ਮੈਂ ਆਪਣੇ ਘਰ ਦੇ ਬਾਹਰ ਖੜ੍ਹਾ ਅਤੇ ਮੇਰੇ ਕੋਲ ਆ ਕੇ ਇੱਕ ਬੰਦਾ ਕਹਿੰਦਾ, ਭਾਈ ਸਾਹਿਬ ਕੋਕਰੇਜ ਵਾਸਤੇ ਪਾਊਡਰ ਲਉਂਗੇ? ਭਾਈ ਸਾਹਿਬ ਕੋਕਰੇਜ ਵਾਸਤੇ ਪਾਊਡਰ? ਮੈਂ ਕਿਹਾ ਜਾਓ ਭਰਾਵਾ, ਇੰਨਾ ਪਿਆਰ ਨਾਲ ਨਹੀਂ ਪਾਲੇ ਅਸੀਂ ਕੋਕਰੇਜ, ਵੀ ਉਹਨਾਂ ਲਈ ਪਾਊਡਰ ਲੈਂਦੇ ਫਿਰੀਏ, ਕੱਲ੍ਹ ਨੂੰ ਉਹਨਾਂ ਕੋਕਰੇਜ ਨੇ ਕਹਿਣਾ ਸੈਂਟ ਲੈ ਕੇ ਦਿਓ, ਸਾਬਣ ਲੈ ਕੇ ਦਿਓ ਅਤੇ ਤੌਲੀਆ ਲੈ ਕੇ ਦਿਓ। ਮੈਂ ਕਿਹਾ ਇਹ ਕੰਮ ਸਾਨੂੰ ਨਹੀਂ ਭੁੱਗਦਾ। ਅਤੇ ਦੋਸਤੋ, ਇਸ ਤੋਂ ਅਗਾਂਹ ਹੁਣ ਕੰਮ ਸ਼ੁਰੂ ਹੋ ਚੁੱਕਿਆ, ਤੁਹਾਨੂੰ ਸਾਰਿਆਂ ਨੂੰ ਪਤਾ ਅੱਜ ਕੱਲ੍ਹ ਇੱਕ ਬੜੀ
ਮਸ਼ਹੂਰ ਚੀਜ਼ ਹੋ ਚੁੱਕੀ ਆ ਔਨਲਾਈਨ। ਅਤੇ ਦੋਸਤੋ ਮੰਨ ਲਓ ਔਨਲਾਈਨ ਅਗਰ ਇਹ ਪਰਸ ਵਿਕ ਰਿਹਾ ਹੋਵੇ ਤਾਂ ਉੱਥੇ ਉਹਨਾਂ ਨੇ ਡਿਸਕ੍ਰਿਪਸ਼ਨ ਵਿੱਚ ਲਿਖਿਆ ਹੋਣਾ ਨਾਓ ਅਵੇਲੇਬਲ ਬਰਾਊਨ ਕਲਰ ਵੈਲਟ ਵਿਦ 3 ਡਿਫਰੈਂਟ ਕੰਪਾਰਟਮੈਂਟ। ਉਹ ਚੀਜ਼ ਦਾ ਰੰਗ ਢੰਗ ਹੀ ਬਦਲ ਦਿੰਦੀ। ਲੇਕਿਨ ਇਹੀ ਪਰਸ ਅਗਰ ਸਾਡੇ ਬੱਸ ਵਿੱਚ ਦੇਸੀ ਸਾਡੇ ਸੇਲਸਮੈਨ ਜਿਹੜੇ ਹੁੰਦੇ ਸੀਗੇ ਪੁਰਾਣੇ ਉਹ ਚੜ੍ਹ ਜਾਣ ਅਤੇ ਉਹਨਾਂ ਨੇ ਚੜ੍ਹਦੇ ਸਾਰ ਹੀ ਕਹਿਣਾ ਵੀਰ ਜੀ ਭੈਣ ਜੀ ਭਰਾ ਜੀ ਬੱਸ ਚੱਲਣ ਦਾ ਟਾਈਮ ਹੋ ਗਿਆ ਜੀ 5 ਮਿੰਟ ਸਿੱਧੀ ਨਜ਼ਰ ਮੇਰੇ ਲੈਣ ਲਾਓ ਜੀ ਆਹ ਭੂਰੇ ਰੰਗ ਦਾ ਪਰਸ ਜੀ ਇਹਨੂੰ ਭਾਵੇਂ ਐਂ ਕਰੋ ਇਹ ਨਹੀਂ ਫਟਦਾ ਜੀ ਤਿੰਨ ਇਹਦੇ 'ਚ ਵੱਖਰੇ ਵੱਖਰੇ ਖਾਨੇ ਜੀ ਵਿੱਚ ਵਿਜ਼ਟਿੰਗ ਕਾਰਡ ਰੱਖੋ ਪੈਸੇ ਰੱਖੋ ਚਿੱਠੀਆਂ ਰੱਖੋ ਲਓ ਜੀ ਭੈਣ ਜੀ ਭਰਾ ਜੀ ਕਿਸੇ ਨੇ ਵੀ ਲੈਣਾ ਹੋਵੇ ਜੀ ਕੰਪਨੀ ਨੇ ਕੀਮਤ ਰੱਖੀ 500 ਰੁਪਈਆ ਲੇਕਿਨ ਇਸ ਵੇਲੇ ਕੰਪਨੀ ਦੀ ਮਸ਼ਹੂਰੀ ਵਾਸਤੇ ਤੁਹਾਨੂੰ ਪਰਸ ਦੇ ਰਹੇ ਸਿਰਫ 30 ਰੁਪਏ ਦਾ ਆਇਆ ਭਾਅ ਜੀ ਆਇਆ ਜੀ ਦੇਖੋ ਦੇਖਣ ਦਾ ਮੁੱਲ ਕੋਈ ਨਹੀਂ ਲਓ ਲਓ ਲੈਣ ਦਾ ਮੁੱਲ ਹੈਗਾ ਜੀ 30 ਰੁਪਈਏ ਮੈਂ ਬੜਾ ਹੈਰਾਨ ਹੋਇਆ ਜਦੋਂ ਬੱਸ 'ਚੋਂ ਉਤਰ ਗਿਆ ਮੈਂ ਵੀ ਨਾਲ ਹੀ ਉਤਰ ਗਿਆ ਮੈਂ ਉਹਨੂੰ ਜਾ ਕੇ ਕਿਹਾ ਮੈਂ ਕਿਹਾ ਗੱਲ ਸੁਣੋ ਭਾਅ 500 ਰੁਪਈਏ ਦਾ ਪਰਸ ਤੈਨੂੰ 30 ਰੁਪਏ 'ਚ ਪੁੱਗਦਾ ਕਿੱਦਾਂ ਕਹਿੰਦਾ ਭਾਅ ਜੀ ਤੁਸੀਂ ਜਿਹੜਾ ਸਟਾਫ ਦੇ ਬੰਦੇ ਲੱਗੇ ਹੋ ਤੁਹਾਨੂੰ ਮੈਂ ਦੱਸ ਦਿੰਦਾ ਪੁੱਗਣਾ ਪਗਾਣਾ ਕੀ ਆ ਇੱਧਰੋਂ ਕੱਢਿਆ ਇੱਧਰੋਂ ਵੇਚਤਾ ਬਾ
ਮੇਰਾ ਇੱਕ ਦੋਸਤ ਆ ਜੋ ਸਾਡੇ ਗੁਆਂਢ ਹੀ ਰਹਿੰਦਾ, ਉਹਨੇ ਮੈਨੂੰ ਆ ਕੇ ਦੱਸਿਆ, ਕਹਿੰਦਾ ਯਾਰ ਮੈਨੂੰ ਨਾ ਇੱਕ ਬੜੀ ਪ੍ਰੋਬਲਮ ਹੈ, ਇੱਕ ਬੰਦਾ ਮੈਨੂੰ ਬੜਾ ਤੰਗ ਕਰਦਾ, ਮੇਰੀ ਵਾਈਫ ਨੂੰ ਫੋਨ ਕਰਦਾ, ਮੈਂ ਉਹਨੂੰ ਜਾਣਦਾ ਵਾਂ ਬੰਦੇ ਨੂੰ। ਮੈਂ ਕਿਹਾ ਮੈਨੂੰ ਦੱਸ ਦਾ ਫੋਨ ਨੰਬਰ ਕੀ ਹੈ, ਦੇਖੀ ਮੈਂ ਉਹਨੂੰ ਸਿੱਧਾ ਕਰਕੇ ਦਿਖਾਊਂਗਾ। ਮੈਂ ਕਿਹਾ ਰਹਿੰਦਾ ਕਿੱਥੇ, ਕਹਿੰਦਾ ਰਹਿੰਦਾ ਤਾਂ ਨੇੜੇ ਹੀ ਹੈ, ਪਰ ਇੱਦਾਂ ਦਾ ਕੰਮ ਕਰੀ ਉਹਨੂੰ ਪਤਾ ਨਾ ਲੱਗੇ ਸੀ ਕੁਝ ਕੀਤਾ। ਮੈਂ ਗੱਲ ਕਰ ਤੂੰ ਨੰਬਰ ਦੇ, ਮੈਂ ਆਹ ਨੰਬਰ ਇੰਸ਼ੋਰੈਂਸ ਕੰਪਨੀ ਵਾਲਿਆਂ ਨੂੰ ਦਿੱਤਾ, ਮੈਂ ਕਿਹਾ ਬੰਦਾ ਇੰਸ਼ੋਰੈਂਸ ਕਰਾਉਣਾ ਚਾਹੁੰਦਾ, ਫਿਰ ਮੈਂ ਬੈਂਕ ਵਾਲਿਆਂ ਨੂੰ ਦਿੱਤਾ, ਮੈਂ ਕਿਹਾ ਬੰਦਾ ਲੋਨ ਲੈਣਾ ਚਾਹੁੰਦਾ, ਨੰਬਰ ਨੋਟ ਕਰੋ, ਫਿਰ ਮੈਂ ਕ੍ਰੈਡਿਟ ਕਾਰਡ ਵਾਲਿਆਂ ਨੂੰ ਦਿੱਤਾ, ਮੈਂ ਕਿਹਾ ਬੰਦਾ ਕ੍ਰੈਡਿਟ ਕਾਰਡ ਲੈਣਾ ਚਾਹੁੰਦਾ, ਇਹ ਨੰਬਰ ਨੋਟ ਕਰੋ। ਥੋੜ੍ਹੇ ਦਿਨ ਬਾਅਦ ਉਹਦੇ ਘਰ ਐਂਬੂਲੈਂਸ ਖੜੀ, ਐਂਬੂਲੈਂਸ ਲੈਣ ਆਏ ਹੋਏ ਸੀ ਉਸ ਬੰਦੇ ਨੂੰ। ਕੀ ਹੋਇਆ, ਕਹਿੰਦੇ ਡਿਪਰੈਸ਼ਨ 'ਚ ਚਲਾ ਗਿਆ। ਬਹੁਤ ਵਧੀਆ ਦੇਖ, ਅਤੇ ਆਓ ਦੇਖਦੇ ਹਾਂ ਡਿਪਰੈਸ਼ਨ ਵਾਲਾ ਇੱਕ ਹੋਰ ਕਲਿੱਪ। ਭਾਅ ਜੀ ਮੈਂ ਕਿਹਾ ਚਲੋ ਪਤਾ ਕਰਕੇ, ਮੈਂ ਤਾਂ ਟੈਂਸ਼ਨ ਹੋ ਗਈ ਭਾਅ ਜੀ, ਗੱਲ ਕੀ ਹੋਈ, ਚੱਕਰ ਕੀ ਹੋ ਗਿਆ ਭਾਈ? ਡਿਪਰੈਸ਼ਨ 'ਚ ਚਲੇ ਗਏ, ਟੈਂਸ਼ਨ ਬਹੁਤ ਜ਼ਿਆਦਾ ਹੋ ਗਈ। ਟੈਂਸ਼ਨ ਭਾਅ ਜੀ, ਐਡੀ ਕਿਹੜੀ ਟੈਂਸ਼ਨ ਲੈ ਲਈ, ਕੀ ਗੱਲ ਕੀ ਹੋ ਗਈ ਭਾਅ ਜੀ? ਕਦੀ ਕੋਈ ਕਹਿੰਦਾ ਇੰਸ਼ੋਰੈਂਸ ਕਰਾ ਲਓ, ਕਦੀ ਕੋਈ ਕਹਿੰਦਾ ਜੀ ਕ੍ਰੈਡਿਟ ਕਾਰਡ ਲੈ ਲਓ, ਕਦੀ ਕੋਈ ਕਹਿੰਦਾ ਲੋਨ ਲੈ ਲਓ, ਕਦੀ ਕੋਈ ਕਹਿੰਦਾ ਸਾਡੇ ਹੋਟਲ ਦੀ ਬੁੱਕ ਲੈ ਲਓ, ਤੁਹਾਨੂੰ 25% ਲੈਸ ਮਿਲੇਗਾ। ਭਾਅ ਜੀ ਕਿਤੇ ਮੈਨੂੰ ਫੋਨ ਆਇਆ ਇੰਸ਼ੋਰੈਂਸ ਕਰਾ ਲਓ, ਲੈ ਅਤੇ ਤੁਸੀਂ ਜਦੋਂ ਮਰੋਗੇ 10 ਲੱਖ ਤੁਹਾਨੂੰ ਉਸੇ ਵੇਲੇ। 10 ਮੈਂ ਮਰਾਂਗਾ, ਮੈਂ ਹਲੇ ਦੇਖਿਆ ਕੀ ਹੈ। ਵੈਸੇ ਤੁਸੀਂ ਛੱਡਿਆ ਵੀ ਕੀ ਹੈ ਭਾਅ ਜੀ, ਅਸੀਂ ਛੋਟੇ ਛੋਟੇ ਹੁੰਦੇ ਸੀ ਜਦੋਂ ਤੁਹਾਨੂੰ ਦੇਖਦੇ ਸੀਗੇ। ਕੀ ਕਹਿੰਦਾ, ਕੀ ਮਤਲਬ? ਨਹੀਂ ਉਹਦੀ, ਮੈਂ ਕਿਹਾ ਦੱਸੋ ਤੁਸੀਂ ਲੋਕਾਂ ਦੇ ਮਗਰ ਲਾ ਕੇ ਆਪ ਬਿਮਾਰੀ ਦਾ ਘਰ ਬਣਾ ਕੇ ਬਹਿ ਗਏ। ਟੈਨਸ਼ਨ ਛੱਡੋ, ਨਿੱਕੀ ਜੀ ਗੱਲ ਹੈ, ਫੋਨ ਬੰਦ ਕਰ ਦਿਓ। ਉਹ ਭਾਅ ਜੀ ਬੰਦ ਕਿੱਥੋਂ ਕਰ ਦਈਏ, ਫੋਨ 'ਤੇ ਤਾਂ ਬਿਜ਼ਨਸ ਹੈ ਨਾ ਸਾਡਾ, ਫੋਨ 'ਤੇ ਬੰਦ ਕੀਤਾ ਨਹੀਂ ਜਾ ਸਕਦਾ। ਮੈਂ ਆਪ ਬਹੁਤ ਤੰਗ ਹਾਂ, ਸਿਰ ਉੱਠੋ ਤਾਂ ਕਾਲ ਆਉਣੀ ਸ਼ੁਰੂ ਹੋ ਜਾਂਦੀ, ਕਦੀ ਕਿਸੇ ਦੀ, ਕਦੀ ਕਿਸੇ ਦੀ, ਕਦੀ ਕਿਸੇ ਦੀ। ਹੈਲੋ, ਆ ਗਿਆ ਜੀ। ਕਿੰਨੀ ਲੰਬੀ ਉਮਰ ਹੈ ਜੀ। ਹੈਲੋ, ਲਿਆਓ, ਤੁਸੀਂ ਗੱਲ ਕਰੋਗੇ? ਮੈਂ ਗੱਲ ਕਰਦਾ, ਹੈਗਾ ਤਰੀਕਾ ਸਾਡੇ ਕੋਲ। ਹੈਲੋ ਸਰ, ਮੈਂ ਇੰਸ਼ੋਰੈਂਸ ਕੰਪਨੀ ਤੋਂ ਬੋਲਦਾ ਪਿਆ। ਕਿੰਨਾ ਬਹੁਤ ਵਧੀਆ ਤੁਹਾਡੇ ਸੇ ਪਲਾਨ ਆਇਆ, 10 ਲੱਖ ਦਾ ਪਲਾਨ ਹੈ, ਬਹੁਤ ਅੱਛਾ ਆਪਕੇ ਲਈ। ਹਾਂ ਹਾਂ, 10 ਲੱਖ ਕਾ ਬੀਮਾ ਹਮ ਬਤਾਇਆ ਹੈ, ਏਕ ਮਿੰਟ ਹਮ ਜਰਾ ਰਿਕਸ਼ਾ ਆਪਣੀ ਸਾਈਡ ਪਰ ਕਰ ਲੈ। ਰਿਕਸ਼ਾ? ਮੈਂ ਰਿਕਸ਼ਾ ਚਲਾਤਾ ਹੂੰ ਨਾ। ਓ ਸੋਰੀ ਸਰ, ਨਹੀਂ ਆਪਕੇ ਲਈ ਨਹੀਂ ਹੈ ਪਲਾਨ। 10 ਲੱਖ ਕਾ ਮੇਰੀ ਬੀਵੀ ਕਾ ਵੀ ਕਰਵਾਉਣਾ ਹੈ, 20 ਲੱਖ ਕਾ ਕਰਵਾਏਂਗੇ। ਪਲੀਜ਼ ਆਪਕੇ ਲਈ ਨਹੀਂ ਹੈ ਪਲਾਨ, ਮੇਰਾ ਨੰਬਰ ਗਲਤ ਲੱਗ ਗਿਆ। ਅਰੇ ਸੁਣਿਆ ਤਾਂ ਸਹੀ, ਹਮਾਰੇ ਪਾਸ ਬਹੁਤ ਪੈਸਾ ਹੈ, ਰਿਕਸ਼ਾ ਤਾਂ ਹਮ ਭਾਈ ਸਾਹਿਬ ਸ਼ੌਕ ਕੇ ਚਲਾਤਾ ਹੈ। ਆਪ ਰਿਕਸ਼ਾ ਚਲਾਈਏ ਪਲੀਜ਼। ਆ ਬਾਉ ਜੀ, ਆ ਬਾਉ ਜੀ, ਲਓ ਟੈਂਸ਼ਨ ਹੋ ਗਈ ਖਤਮ, ਹੁਣ ਮੁੜ ਕੇ ਇਹਦਾ ਫੋਨ ਨਹੀਂ ਆਊਗਾ। ਬੰਦੇ ਛੱਡ ਰੱਖੇ ਸਹੁਰਾ ਜੀ ਮਨਾਉਣ ਨੂੰ।
ਤੇ ਦੋਸਤੋ ਦਿਲਪ੍ਰੀਤ ਜਿਹੜਾ ਬਹੁਤ ਹੀ ਵਧੀਆ ਸਟੈਂਡ ਅਪ ਕਮੇਡੀਅਨ ਹੈ, ਹਰ ਵਾਰੀ ਅਲੱਗ ਅਲੱਗ ਤਰ੍ਹਾਂ ਦੀ ਸਟੈਂਡ ਅਪ ਕਮੇਡੀ ਕਰਕੇ ਦਿਖਾਉਂਦਾ, ਅਤੇ ਅੱਜ ਉਹਨੇ ਇਸ ਟੋਪਿਕ ਦੇ ਉੱਤੇ ਯਾਨੀ ਕਿ ਮਾਰਕੀਟਿੰਗ ਦੇ ਟੋਪਿਕ ਦੇ ਉੱਤੇ ਕੀ ਗੱਲਬਾਤ ਕਰਨੀ ਹੈ, ਆਓ ਦੇਖਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਸਿੰਘ। ਸੋ ਸਭ ਤੋਂ ਪਹਿਲਾਂ ਤਾਂ ਸੇਲਜ਼ਮੈਨ ਜਦੋਂ ਕਿਸੇ ਦੇ ਮਾਇੰਡ 'ਚ ਆਉਂਦਾ ਨਾ, ਬੰਦਾ ਇੱਕ ਵਾਰ ਦੂਰ ਹੁੰਦਾ ਉਹ ਤੋਂ ਕਿ ਸੇਲਜ਼ਮੈਨ ਆਇਆ ਇਹ ਤੋਂ ਬਚੀਏ ਕਿੱਦਾਂ। ਇੱਦਾਂ ਹੀ ਮੈਂ ਕਿਤੇ ਸੇਲਜ਼ਮੈਨ ਵਾਲਾ ਕੰਮ ਸ਼ੁਰੂ ਕਰ ਲਿਆ। ਹੁਣ ਜਦੋਂ ਉੱਪਰੋਂ ਪ੍ਰੈਸ਼ਰ ਆਉਂਦਾ ਨਾ ਕਿ ਇਹ ਚੀਜ਼ ਇੰਨੇ ਪੀਸ ਵੇਚਣੇ ਜਾਂ ਉੱਦਾਂ ਕਰਨਾ ਉੱਦਾਂ ਕਰਨਾ, ਕੰਮ ਤਾਂ ਕਰਨਾ ਪੈਂਦਾ, ਕਸਟਮਰ ਲੱਭਦੇ ਨਹੀਂ, ਫਿਰ ਬੰਦਾ ਖੜਕਾਉਂਦਾ ਜਾ ਕੇ ਆਪਣੇ ਰਿਸ਼ਤੇਦਾਰਾਂ ਦਾ ਬੂਹਾ। ਜਦੋਂ ਮੇਰੇ ਨਾਲ ਕੀ ਹੋਈ, ਮੈਂ ਆਪਣੇ ਮਾਸੜ ਨੂੰ ਜਾ ਕੇ ਮੈਂ ਕਿਹਾ ਇੰਨਾ ਬਹੁਤ ਵਧੀਆ ਚੀਜ਼ ਆ, ਤੁਸੀਂ ਲੈ ਲਓ, ਨਾਲੇ ਮੇਰਾ ਚੱਲ ਟਾਰਗੇਟ ਵੀ ਪੂਰਾ ਹੋ ਜੂਗਾ। ਹੁਣ ਅੰਦਰੋਂ ਤਾਂ ਮੈਨੂੰ ਪਤਾ ਸੀ ਇੰਨੀ ਵਧੀਆ ਚੀਜ਼ ਹੈ ਨਹੀਂ, ਇੱਦਾਂ ਹੀ ਮੈਂ ਜਾ ਕੇ ਫੁੱਫੜਨਾ ਵੀ ਕੀਤਾ। ਉਹ ਹੁਣ ਚੀਜ਼ਾਂ ਉੱਦਾਂ ਦੀਆਂ ਸੀ, ਮੈਂ ਉੱਧਰ ਕੰਮ ਛੱਡਤਾ, ਪਰ ਉਸ ਵਾਰ ਪੂਰੀ ਜ਼ਿੰਦਗੀ ਮੈਨੂੰ ਮਾਸੜ ਨੇ ਅਤੇ ਫੁੱਫੜ ਨੇ ਬੁਲਾਇਆ ਨਹੀਂ। ਅੱਜ ਵੀ ਕਿਸੇ ਵਿਆਹ 'ਚ ਸਾਹਮਣੇ ਆਉਂਦੇ ਨੇ ਅਤੇ ਇਹੀ ਕਹਿੰਦੇ ਆ, ਉਹ ਜਿਹੜਾ ਖਰਾਬ ਸਮਾਨ ਪਿਆ ਨਾ ਘਰੇ, ਹਾਂ ਘਾਟਾ ਪਿਆ ਜਿਹੜਾ, ਹਾਂ ਇਹਨੇ ਕਰਾਇਆ ਸੀ, ਇਹੀ ਆ ਮੁੰਡਾ। ਮਤਲਬ ਰਿਸ਼ਤੇਦਾਰੀ ਗਵਾਉਣੀ ਹੋਵੇ ਤਾਂ ਸੇਲਜ਼ਮੈਨ ਬਣ ਜਾਓ ਅਤੇ ਆਪਣੇ ਰਿਸ਼ਤੇਦਾਰ ਨੂੰ ਕੁਛ ਵੀ ਵੇਚ ਦਿਓ। ਅਤੇ ਇੱਕ ਹੋਰ ਬੜਾ ਵਧੀਆ ਤਰੀਕਾ ਹੁੰਦਾ, ਮੇਰਾ ਦੋਸਤ ਕਹਿੰਦਾ ਯਾਰ ਮੇਰੇ ਘਰ ਰਿਸ਼ਤੇਦਾਰ ਬੜੇ ਆਉਂਦੇ ਆ, ਬਹੁਤ ਵਗਾਰਾ ਫਰੀ ਦੀਆਂ ਟੱਕਰ ਦੀਆਂ, ਮੈਂ ਕੀ ਕਰਾਂ। ਮੈਂ ਕੁਛ ਨਹੀਂ ਕਰਨਾ, ਘਰ ਦੇ ਬਾਹਰ ਲਿਖ ਕੇ ਲਾ ਦੇ ਕਿ ਸੇਲਜ਼ਮੈਨ ਮੈਂਬਰ ਬਣਨ ਲਈ ਕੰਟੈਕਟ ਕਰੋ। ਉਸ ਤੋਂ ਬਾਅਦ ਨਾ ਕਿਸੇ ਰਿਸ਼ਤੇਦਾਰ ਨੇ ਤੇਰੇ ਘਰ ਆਉਣਾ, ਨਾ ਕਿਸੇ ਦੋਸਤ ਨੇ ਆਉਣਾ, ਕਿਉਂਕਿ ਉਹਨਾਂ ਨੂੰ ਪਤਾ ਜੇ ਆਪਾਂ ਆਏ ਤਾਂ ਸਾਨੂੰ ਕਿਤੇ ਮੈਂਬਰ ਹੀ ਨਾ ਬਣਾ ਲਏ। ਜਿੱਦਣੇ ਦਾ ਤੂੰ ਮੇਰੀ ਜ਼ਿੰਦਗੀ 'ਚ ਆਇਆ, ਇੰਜ ਲੱਗੇ ਮੈਨੂੰ ਖੁਸ਼ੀਆਂ ਤੂੰ ਨਾਲ ਹੀ ਲੈ ਆਇਆ। ਜਿੱਦਣੇ ਦਾ ਤੂੰ ਮੇਰੀ ਜ਼ਿੰਦਗੀ 'ਚ ਆਇਆ, ਇੰਜ ਲੱਗੇ ਮੈਨੂੰ ਖੁਸ਼ੀਆਂ ਤੂੰ ਨਾਲ ਹੀ ਲੈ ਆਇਆ। ਚੰਨ ਵਾਂਗ ਕਰਦਾ ਗਲੋ ਫੇਸ ਮੇਰਾ, ਹਾਏ ਤੱਕ ਲਾਂ ਜਦੋਂ ਮੈਂ ਤੇਰਾ ਮੂੰਹ, ਖੋਰ ਕਿਹੜੇ ਮੋਤੀ ਪੁੰਨ ਕੀਤੇ ਹੋਣੇ ਆ, ਜਿਹੜਾ ਲਿਖਿਆ ਲਿਖਾ ਦੇ ਵਿੱਚ ਤੂੰ, ਖੋਰ ਕਿਹੜੇ ਮੋਤੀ ਪੁੰਨ ਕੀਤੇ ਹੋਣੇ ਆ, ਜਿਹੜਾ ਲਿਖਿਆ ਲਿਖਾ ਦੇ ਵਿੱਚ ਤੂੰ। ਇੱਕ ਮਾਰਕੀਟਿੰਗ ਦਾ ਤਰੀਕਾ ਹੋਰ ਹੈ ਕਿ ਸ਼ੋਰੂਮ ਦੇ ਬਾਹਰ ਲਿਖਿਆ ਹੁੰਦਾ ਹੈ ਸੇਲ ਅਪ ਟੂ 50%। ਅਪ ਟੂ 50% ਮਤਲਬ ਹੁੰਦਾ ਇੱਕ ਅੱਧੀ ਚੀਜ਼ ਦੇ 50% ਲੈਸ ਮਿਲ ਜਾਂਦੀ, ਬਾਕੀ 10% ਲੈਸ, 20% ਲੈਸ, ਮਤਲਬ ਉਹ ਬੰਦੇ ਨੂੰ ਫਸਾਉਣ ਵਾਲੀ ਗੱਲ ਆ। ਉਹ ਭਾਈ ਸਾਹਿਬ ਮੈਂ ਚਲੇ ਗਿਆ ਆਪਣੇ ਬੇਟੇ ਨੂੰ ਨਾਲ ਲੈ ਕੇ ਉਹਦੇ ਕੱਪੜੇ ਲੈਣ ਵਾਸਤੇ, ਜਿੱਥੇ ਸੇਲ 50% ਔਫ ਲਿਖਿਆ ਹੋਵੇ ਉਹ ਸ਼ੋਰੂਮ 'ਚ ਵੜ ਜਾਈਦਾ ਸੀਗਾ। ਪਰ ਜਾ ਕੇ ਦੇਖਿਆ ਕੋਈ ਸੇਲ ਪ੍ਰੋਪਰ ਕੋਈ ਨਹੀਂ ਹੁੰਦੀ। ਦੇਖਦੇ ਮੇਰੇ ਸਾਲਾ ਸਾਹਿਬ ਆ ਗਏ, ਮੈਂ ਕਿਹਾ ਜੀ ਆਪਣੇ ਸਾਲਾ ਸਾਹਿਬ ਨੇ। ਉਹ ਛੋਟਾ ਬੱਚਾ ਪਤਾ ਕੀ ਆ ਲਗਾ, ਅੱਛਾ ਸਾਲੇ 50% ਲੈਸ। ਮੈਂ ਕਿਹਾ ਭਰਾਵਾ ਉਹ ਸੇਲ ਹੁੰਦਾ ਹੀ ਆ ਸਾਲਾ।
ਸਾਡੇ ਕੋਲ ਇੱਕ ਪਲਾਨ ਆਇਆ, ਤੁਸੀਂ 60,000 ਰੁਪਇਆ ਜਮ੍ਹਾਂ ਕਰਾਉਣਾ ਤੇ ਭਾਜੀ ਬਸ ਜਦੋਂ ਤੁਹਾਡੀ ਡੈਥ ਹੋਈ 1 ਕਰੋੜ ਰੁਪਇਆ ਮਿਲ ਜਾਣਾ। ਬਕਵਾਸ ਕੀਤੀ, ਤੁਹਾਨੂੰ ਮੈਂ ਕਿਹਾ ਸੀ ਨਾ ਮੇਰੇ ਨਾਲ ਪੁੱਠੀ ਗੱਲ ਕਰਦਾ ਦੌੜਾਉਂਦਾ ਬਹੁਤ ਆ। ਟੋਮੀ ਖੁਸ਼ ਦੋਸਤੋ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਅਗਲੇ ਹਫ਼ਤੇ ਫਿਰ ਮਿਲਦੇ ਹਾਂ ਇਸੇ ਸਮੇਂ ਇਸੇ ਦਿਨ ਇਸੇ ਵਕਤ ਤੱਕਾ ਸਟਾਰਟ ਪ੍ਰੋਗਰਾਮ ਦੇ ਵਿੱਚ, ਅਤੇ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ। ਧੰਨਵਾਦ।